ਸਬਸਕ੍ਰਾਈਬ ਕਰੋ MS ਲਾਈਵ TV ਚੈਨਲ ਨੂੰ ਅਤੇ ਨਵੀਆਂ ਨਵੀਆਂ ਵੀਡੀਓਜ਼ ਦੇਖਣ ਲਈ ਬੈੱਲ ਦੇ ਆਈਕਨ 'ਤੇ ਕਲਿੱਕ ਕਰੋ। ਬਹੁਤ ਬਹੁਤ ਧੰਨਵਾਦ ਬਲਕਾਰਾ ਸਾਡਾ ਭਰਾ ਜਵਾਲ ਜਾਣਕਾਰੀ ਦਿੰਦਾ ਵੀ ਮਾਲਾ ਮਾਲੇ ਦੇ ਸੁੱਖੇ ਦੇ ਕਹਿੰਦੇ ਮਦਰ ਵੀ ਆਏ ਅੱਜ ਮੈਚ ਵੇਖਣ ਲਈ, ਉਹਨਾਂ ਦੇ ਭੈਣ ਵੀ, ਉਹਨਾਂ ਦੀ ਭੈਣ ਵੀ ਆਈ ਹੈ ਅਤੇ ਨਾਲ ਉਹਦੇ ਜੀਜਾ ਜੀ ਵੀ ਆਏ ਹੈ। ਅਸੀਂ ਉਹਨਾਂ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਮਜ਼ਾਰਾ ਰਾਜਾ ਸਾਹਿਬ ਦੀ ਧਰਤੀ 'ਤੇ ਸੁੱਖੇ ਦੇ ਮਾਤਾ ਜੀ ਜਿਹੜੇ ਆਏ, ਉਹਨਾਂ ਦਾ ਸਨਮਾਨ ਜਿਹੜਾ ਕੀਤਾ ਜਾਵੇਗਾ। ਸੋ ਉਹ ਵੀ ਬਿਲਕੁਲ ਸਾਡੇ ਸਟੇਜ ਦੇ ਲਾਗੇ ਆ ਜਾਣ, ਸੁੱਖੇ ਦੇ ਮਾਤਾ ਜੀ ਤੇ ਉਹਨਾਂ ਦੀ ਭੈਣ ਜੀ ਆਏ ਆ ਤੇ ਨਾਲ ਉਹਨਾਂ ਦੇ ਜੀਜਾ ਜੀ, ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ। ਲਓ ਜੈਰ ਦੀ ਵੀਰੋ, ਜੈਰ ਦੀ ਪਾਈ ਹੋਈ ਰੇਡ, ਕਹਿੰਦੇ ਮੇਰੇ ਵੀਰੋ ਜੱਕੋਪੁਰ ਦੀ ਟੀਮ ਦੇ ਸਪਾਂਸਰ ਨੇ ਸਾਡਾ ਵੀਰੇ ਪੰਮਾ ਨਵਾਜੀਪੁਰ ਜੀ, ਜਿਨ੍ਹਾਂ ਨੇ ਆਪ ਵੀ ਕਬੱਡੀ ਵਧੀਆ ਖੇਡੀ ਹੈ ਔਰ ਉਹਨਾਂ ਦੀ ਸਪਾਂਸਰ ਕੀਤੀ ਹੋਈ ਟੀਮ ਆ ਅੱਜ ਇੱਥੇ ਖੇਡਦੀ। ਸਮਾਂ ਬੀਤ ਚੁੱਕਿਆ, ਜੈਰ ਕੱਢ ਦੀ, ਕਹਿੰਦੇ ਸਪੇਰੇ ਨੇ ਜੈਰ ਕੱਢ ਲਈ ਨਾਗ ਦੇ ਮੂੰਹ ਦੇ ਵਿੱਚੋਂ ਮੇਰੇ ਮਿੱਤਰੋ, ਲੱਗ ਗਿਆ ਜੱਫਾ ਤੇ ਹੈਪੀ ਪੰਗਲ ਜੀ। ਆਹ ਜਾਫੀ ਨੇ ਵੀ 100 ਪੈਦਾ ਕਰਦੇ, ਕੋਈ ਸਾਹਿਬ ਪੈਸੇ ਇੱਥੇ ਆ ਜਾਓ, ਪੈਸੇ ਨਾਲ ਕਬੱਡੀ ਫਿਰ ਪੈਂਦੀ ਹੋਈ ਮੈਦਾਨ ਦੇ ਵਿੱਚ। ਉਧਰ ਸਾਡੇ ਭਰਾ ਅਮਨਦੀਪ ਸਿੰਘ ਜੀ ਸ਼ੇਰਗਿੱਲ ਤੇ ਮਨਦੀਪ ਸਿੰਘ ਜੀ ਸ਼ੇਰਗਿੱਲ ਸ਼ਾਰਪ ਟਰਾਂਸਪੋਰਟ ਵਾਲੇ ਵੱਡੇ ਐਲਾਨ ਕਰਦੇ ਆ ਵੀ ਫਾਈਨਲ ਦੇ ਵਿੱਚ ਬੈਸਟਾਂ ਨੂੰ ਮੇਰੇ ਵੀਰੋ ਜਿਹੜੇ 21,000 ਦਿੱਤੇ ਜਾਣੇ ਦੇ ਨਾਲ ਕਹਿੰਦੇ 100-100 ਅਮੈਰੀਕਨ ਡਾਲਰ ਵੀ ਦਿੱਤਾ ਜਾਣਾ। ਪਰ ਆਹ ਦੇਖੋ ਇਸ ਵਕਤ ਦੋਨੇ ਬੱਚੇ ਖੇਡਦੇ ਹੋਏ, ਖੇਡ ਮੈਦਾਨ ਦੇ ਵਿੱਚ ਜੂਝਦੇ ਹੋਏ ਤੇ ਪੁਆਇੰਟ ਜਿਹੜਾ ਆਹ ਦੇਖੋ ਕਹਿੰਦੇ ਜਰੀਲਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ। ਨਾ ਜੀ ਵੱਖਰਾ ਇਹਨਾਂ ਖਿਡਾਰੀਆਂ ਦਾ ਤੇ ਪੰਜਾਬ ਸਟੀਲ ਫੈਕਟਰੀ ਕਵੈਦ ਵੱਲੋਂ 100-100 ਰੁਪਇਆ ਦੋਨੋਂ ਟੀਮਾਂ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ। ਲਓ ਸਾਹਮਣੇ ਕਬੱਡੀ ਪੈ ਰਹੀ ਹੈ, ਕਬੱਡੀ ਪੈ ਰਹੀ ਹੈ ਤੇ ਜਫਾ ਵੀ ਲੱਗ ਰਿਹਾ ਐਂਡ ਕਹਿੰਦੇ ਵੀ ਬੱਚਿਆਂ ਦੀਆਂ ਐਕਸ਼ਨਾਂ ਵਾਲੀਆਂ ਟੀਮਾਂ ਹੈ। ਅਜੇ ਗੜਵਿੰਡੀ ਹੋਣੀ ਵੱਡੇ ਮਾਣ ਕਰਦੇ ਇਹਨਾਂ ਖਿਡਾਰੀਆਂ ਤੇ, ਨਾਲ ਕਹਿੰਦੇ ਲੱਕੀ ਕੁਰਾਲੀ ਹੋਣੀ ਮੇਨ ਸਪੋਂਸਰ ਇਹਨਾਂ ਟੀਮਾਂ ਦੇ ਮੇਰੀ ਵੀਰੋ। ਲਓ ਸਾਹਮਣੇ ਲੱਗਿਆ ਜਫਾ ਤੇ ਮੁੰਡਾ ਕੀ ਕਰੋ ਕਹਿੰਦਾ ਆਹ ਵੇਖੋ ਤੇ ਆਹ ਵੇਖੋ ਰੇਡ ਫਿਰ ਗੱਭਰੂ ਨੇ ਪਾ ਦਿੱਤੀ ਮੇਰੇ ਵੀਰੋ। ਅੱਜ ਦਾ ਇੱਕ ਖੇਡ ਮੇਲਾ ਕਹਿੰਦੇ ਪਿਓਰ ਪੰਜਾਬੀ ਤੇ ਦਬਾਬਾ TV ਤੇ ਵੀ ਮੇਰੇ ਵੀਰੋ ਦਿਖਾਇਆ ਜਾ ਰਿਹਾ, ਇਹਨਾਂ ਵੀਰਾਂ ਦਾ ਵੀ ਧੰਨਵਾਦ ਹੈ। ਪਰ ਆਓ ਦੇਖੋ ਇਸ ਵਕਤ ਕਹਿੰਦੇ ਬੱਚਿਆਂ ਦਾ ਚੱਲਦਾ ਮੁਕਾਬਲਾ, ਟੱਕਰ ਤਕੜੀ ਹੈ ਪਰ ਪੁਆਇੰਟ ਜਿਹੜਾ ਕਹਿੰਦੇ ਰਾਇਲ ਕਿੰਗ ਡਡਵਿੰਡੀ ਵਾਲਾ ਗੱਭਰੂ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਵੀਰ ਤੇ, ਇਹ ਤੇ ਕਹਿੰਦੇ ਭੰਗੜੇ ਹੀ ਪਾਈ ਆ ਰਹੇ ਨੰਬਰ ਲੈ ਕੇ। ਅਗਲੀ ਰੇਡ ਫਿਰ ਮੈਦਾਨ ਦੇ ਵਿੱਚ ਪੈਣੀ ਆ ਰਹੀ ਹੈ। ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਸੋਢੀ ਉੱਪਲ ਜੀ ਬਹਾਰੇ ਵਾਲੇ ਔਰ ਜਲ ਫਾਰਮ ਪਬਲਿਕ ਵੀ ਫਾਰਮ ਵਾਲੇ ਦਾ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਨਾਲ ਸਾਡੇ ਸ਼ਰਮਜੀਤ ਜਾਲ, ਟੋਨੀ ਜਾਲ ਤੇ ਕਾਲਾ ਜਾਲ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੇਰੇ ਵੀਰੋ। ਲਓ ਸਾਹਮਣੇ ਕਬੱਡੀ ਪੈ ਰਹੀ ਹੈ, ਕਬੱਡੀ ਕਬੱਡੀ ਖੇਡ ਮੈਦਾਨ ਦੇ ਅੰਦਰ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਨੇ ਲਾਸਟ ਕਾਲ ਹੈ। ਜਲਦੀ ਦੇ ਨਾਲ ਇੱਕ ਪਾਸੇ ਟੀਮ ਹੈ ਰਾਜਾ ਸਾਹਿਬ ਸਪੋਰਟਸ ਕਬੱਡੀ ਕਲੱਬ ਗੋਰਾਚਾਰ, ਬਿੱਲੇ ਚੌਹਾਨ ਉਹਨਾਂ ਦੀ ਸਪੋਂਸਰ ਕੀਤੀ ਹੋਈ ਟੀਮ ਹੈ ਮੇਰੇ ਵੀਰੋ। ਤੇ ਦੂਸਰੇ ਪਾਸੇ ਕਾਲੇ ਲੋਹੜ ਦੀ ਟੀਮ ਹੈ ਬਾਬਾ ਪ੍ਰੇਮਦਾਸ ਕਬੱਡੀ ਕਲੱਬ ਲੋਹਟਾ ਦੀ ਟੀਮ। ਕਾਲੇ ਲੋਹੜ ਉਹਨਾਂ ਨੂੰ ਬੇਨਤੀ ਹੈ ਵੀ ਟੀਮ ਆਪਾਂ ਜਲਦੀ ਗਰਾਊਂਡ ਵਿੱਚ ਲੈ ਕੇ ਆਈਏ, ਅੱਜ ਦੇ ਦਿਨ ਦਾ ਸੁਪਰ ਫਾਈਨਲ ਖੇਡਿਆ ਜਾਵੇਗਾ ਤੇ ਕਹਿੰਦੇ ਬੈਸਟਾਂ ਦੇ ਵਾਸਤੇ। ਬੱਲੇ 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 ਮੁੰਡੇ ਨੇ ਐਨ ਜ਼ੋਰ ਮਾਰ ਕੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਿਆ। ਬਾਤਰੇ ਗੱਭਰੂ ਆ, ਸਫਲਤਾ ਇਹਨਾਂ ਖਿਡਾਰੀਆਂ ਦੇ ਨਾਲ ਨਾਲ ਖੇਡ ਗਰਾਊਂਡ ਦੇ ਵਿੱਚ ਚੱਲਦੀ ਹੈ। ਲਓ ਆ ਗਿਆ ਕਹਿੰਦੇ ਫਿੱਡੂ ਬੁਲਟ ਮੇਰੇ ਵੀਰੋ,
ਲਓ ਇਹ ਆ ਫੇਡੂ ਬੁਲਟ ਪਾਉਂਦਾ ਹੈ ਰੇਡ ਭਾਰੀ ਹੈ ਸਰੀਰ ਹੈ ਪਰ ਆਹ ਦੇਖੋ ਕਹਿੰਦੇ ਸਾਵਲੇ ਰੰਗ ਵਾਲਾ ਗੱਭਰੂ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਲੱਗਿਆ ਹੋਇਆ ਜ਼ੋਰ ਪੋਲੇ ਪੋਲੇ ਕੰਤੇ ਚ ਪੇੜਾ ਮਾਰਦਾ ਹੈ ਪਰ ਉਹ ਫੇਡੂ ਧੱਕੀ ਫਿਰਦਾ ਮਰੂਦਾਂ ਦੀ ਰੇਹੜੀ ਵਾਂਗੂ ਲਓ ਹਲਕੀ ਚੋਟ ਮਹਿਸੂਸ ਕੀਤੀ ਹੈ ਖਿਡਾਰੀ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਕਰੇ ਵੀ ਕਿਸੇ ਵੀ ਖਿਡਾਰੀ ਦੇ ਕੋਈ ਜ਼ਿਆਦਾ ਸੱਟ ਫੇਟ ਨਾ ਲੱਗੀ ਰਾਜਾ ਬਲੀ ਕਰੇ ਭਲੇ ਹਾਂਜੀ ਜਿਸ ਵੀਰ ਦੀ ਚੂਨੇ ਦੇ ਉੱਪਰ ਡਿਊਟੀ ਹੈ ਗਰਾਊਂਡ ਦੇ ਵਿੱਚ ਜਿਹੜਾ ਵੀਰ ਕਲੀ ਪਾਉਂਦਾ ਹੈ ਹਾਂਜੀ ਸਾਡਾ ਸ਼ਿੰਦਾ ਭਰਾ ਟੋਲੇ ਭਰਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਡਿਊਟੀਆਂ ਨਿਭਾ ਰਹੇ ਹੈ ਲਓ ਉਹਦੇ ਕਹਿੰਦੇ ਜੱਗੀ ਵੀ ਕਹਿੰਦੇ ਲਾਈਵ ਜੁੜਿਆ ਹੈ ਬਜ਼ਾਰੇ ਵਾਲਾ ਜੱਗੀ ਵੀ ਅਮਰੀਕਾ ਦੇ ਵਿੱਚ ਯਾਦ ਦੱਸਿਆ ਮੇਰੇ ਵੀਰੇ ਗੱਗੀ ਦੀਆਂ ਗੱਲਾਂ ਵੱਖਰੀਆਂ ਹੋਈਆਂ ਤੇ ਆਹ ਵੇਖਾਂਗੇ ਵੀ ਸੋਨੂ ਹੁਣੀ ਵੀ ਲਾਈਵ ਜੁੜੇ ਹੈ ਸੋਨੂ ਵੀ ਅਮਰੀਕਾ ਚੱਲ ਕੇ ਧਰਤੀ ਤੇ ਚੱਲ ਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਜੀਤ ਸਿੰਘ ਜੀ ਢੀਂਡਸਾ ਮਹਿਮੂਦਪੁਰ ਯੂਕੇ ਵਾਲੇ ਉਹਨਾਂ ਵੱਲੋਂ 1000 ਰੁਪਈਆ ਇਹਨਾਂ ਛੋਟੇ ਬੱਚਿਆਂ ਲਈ ਦਿੱਤਾ ਜਾਂਦਾ ਬਹੁਤ ਬਹੁਤ ਧੰਨਵਾਦ ਸਤਿਕਾਰ ਸਿੰਘ ਉਹਨਾਂ ਦੇ ਬੇਟੇ ਆਤੇ ਮੁੰਡਾ ਭਲਵਾਨ ਨੇ ਡੰਡ ਲਾਉਣ ਲੱਗ ਪਿਆ ਦਰਸ਼ਕ ਵੀਰੇ ਤਾੜੀਆਂ ਵਾਲੇ ਕੀ ਖਿਆਲ ਹੈ 1000 ਰੁਪਈਆ ਦਿੱਤਾ ਜਾਂਦਾ ਬਹੁਤ ਬਹੁਤ ਧੰਨਵਾਦ ਬੜਾ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਨਾ ਬੱਚਿਆਂ ਦੇ ਦਰਮਿਆਨ ਔਰ ਨਾਲ 17 ਕਹਿੰਦੇ ਫਰਵਰੀ ਨੂੰ ਇਹ ਵੀ ਟੀਮ ਜਿਹੜੀ ਖੇਡੋ ਵੀ ਕਹਿੰਦੇ ITI ਗਰਾਊਂਡ ਨਵਾਂ ਸ਼ਹਿਰ ਦੇ ਵਿੱਚ ਵੱਡੀਆਂ ਗੱਲਾਂ ਹੋਣਗੀਆਂ ਮੇਰੇ ਵੀਰੋ ਬਲਕਾਰ USA ਵਾਲਾ ਸੱਦੇ ਪੱਤਰ ਦੇ ਰਿਹਾ ਹੈ ਵੀ 2.5 ਲੱਖ ਰੁਪਇਆ ਫਸਟ ਪ੍ਰਾਈਜ਼ ਤੇ ਸੈਕੰਡ ਪ੍ਰਾਈਜ਼ 2 ਲੱਖ ਰੁਪਇਆ ਹੋਵੇਗਾ ਬੈਸਟਾਂ ਲਈ ਬੁਲਟ ਮੋਟਰਸਾਈਕਲ ITI ਗਰਾਊਂਡ ਨਵੇਂ ਸ਼ਹਿਰ ਦੇ ਵਿੱਚ ਵੱਡਾ ਕਬੱਡੀ ਦਾ ਕੱਪ ਹੋਵੇਗਾ ਨਾਲ ਕਹਿੰਦੇ ਰਾਏ ਬ੍ਰਦਰ ਤੇ ਕਹਿੰਦੇ ਵੀ ਨਾਲ ਬਲਕਾਰ ਸਿੰਘ ਜੀ USA ਵਾਲੇ ਸੱਦੇ ਪੱਤਰ ਦੇ ਰਹੇ ਲਓ ਸਾਹਮਣੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਲਓ ਕਬੱਡੀ ਸਾਹਮਣੇ ਪਾਈ ਹੋਈ ਰੇਡ ਹੁਣ ਦੇਖਾਂਗੇ ਵੀ ਰਾਇਲ ਕਿੰਗ ਡਡਵਿੰਡੀ ਵਾਲਾ ਗੱਭਰੂ ਤਕੜੀ ਟਰਾਈ ਕਰਦਾ ਹੋਇਆ ਪਰ ਆਓ ਦੇਖੋ ਕਹਿੰਦੇ ਗੱਭਰੂ ਹਵਾਵਾਂ ਨੂੰ ਚੀਰਦਾ ਹੋਇਆ ਤੇ ਪਾਤੀ ਹੈ ਕਲਾਬਾਜੀ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਉਧਰ ਦਰਸ਼ਕਾਂ ਦੇ ਚਿਹਰਿਆਂ ਤੇ ਵੀ ਮੁਸਕਰਾਹਟ ਹੈ ਕਿਉਂਕਿ ਬੱਚੇ ਐਕਸ਼ਨ ਵੀ ਕਰ ਰਹੇ ਹੈ ਨਾਲ ਨਾਲ ਕਬੱਡੀ ਦਾ ਸਵਾਦ ਵੀ ਆ ਰਿਹਾ ਲਓ ਜ਼ਹਿਰ ਦੀ ਪਾਈ ਹੋਈ ਰੇਡ ਮੇਰੇ ਵੀਰੋ ਅੱਜ ਦੇ ਇਸ ਵੱਡੇ ਖੇਡ ਮੇਲੇ ਦੇ ਨਾਲ ਕਹਿੰਦੇ ਰਿਚਮੈਂਡ ਯੂਨਾਈਟਡ ਟਾਈਗਰ ਕਬੱਡੀ ਕਲੱਬ ਵਾਲੇ ਅਵਤਾਰ ਢੇਸੀ ਜੀ ਤੇ ਮੀਕਾ ਹੋਠੀ ਸੰਦੀਪ ਭੰਗੂ ਮਨਜੀਤ ਢੀਂਸੇ ਹੋਰੀ ਹਰਪ੍ਰੀਤ ਸਿਵੀਏ ਹੋਰੀ ਵੀ ਅੱਜ ਦੇ ਇਸ ਵੱਡੇ ਖੇਡ ਮੇਲੇ ਨਾਲ ਜੁੜੇ ਹੋਏ ਉਧਰ ਜੈਰ ਨੇ ਕਹਿੰਦੇ ਪੰਡਤਾਂ ਵਾਲਾ ਸਟਾਈਲ ਬਣਾਇਆ ਹੋਇਆ ਮੇਰੇ ਵੀਰੋ ਐਨ ਆਪਣੀ ਜਿਹੜੀ ਜੁੜੀ ਵੀ ਘੁਮਾ ਕੇ ਵਿਖਾਈ ਹੈ ਵੱਖਰਾ ਜਿਹਾ ਸਟਾਈਲ ਲੱਕੀ ਕੁਰਾਲੀ ਵਰਗਾ ਲਓ ਸਾਹਮਣੇ ਕਬੱਡੀ ਮੇਰੇ ਵੀਰੋ ਕਬੱਡੀ ਐਕਸ਼ਨਾਂ ਵਾਲੀਆਂ ਟੀਮਾਂ ਦੇ ਦਰਮਿਆਨ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਹੁਣ ਦੇਖਾਂਗੇ ਵੀ ਪਈ ਹੋਈ ਕਬੱਡੀ ਤੇ ਦੂਜੇ ਪਾਸੇ ਵਾਹ ਫਾਈਨਲ ਮੁਕਾਬਲੇ ਦੀਆਂ ਟੀਮਾਂ ਪਲੀ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਲਾਗੇ ਆ ਜਾਣ ਫਾਈਨਲ ਮੁਕਾਬਲੇ ਦੀਆਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਲਓ ਸਾਹਮਣੇ ਪਾਈ ਹੋਈ ਰੇਡ ਇਹ ਆ ਕਹਿੰਦੇ ਜਰੀਲਾ ਕਿ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢਿੱਲੇ ਪਈਏ ਨੱਕ ਵਿੱਚ ਦਮ ਕਰਕੇ ਰਹੀਏ ਐਵੇਂ ਕੋਈ ਨਿਆਉਂਦਾ ਨੀ ਇੱਕ ਵਾਰੀ ਲੰਘਿਆ ਬੇਲਾ ਤੇ ਮੁੜ ਕੇ ਹੱਥ ਆਉਂਦਾ ਨੀ ਆ ਤੇ ਬਾਹਲੀ ਕਰ ਗਿਆ ਤੇਰੇ ਨਾਲ ਨੌਜਵਾਨਾਂ ਬਾਹਲੀ ਕਰ ਗਿਆ ਇੱਕ ਵਾਰੀ ਲੰਘਿਆ ਬੇਲਾ ਮੁੜ ਕੇ ਹੱਥ ਆਉਂਦਾ ਨਹੀਂ ਲਓ ਕਹਿੰਦੇ ਇਹਨੂੰ ਫਲਵਿੰਦਰ ਫਿੱਡੇ ਦਾ ਖਿਤਾਬ ਮਿਲਿਆ ਮੇਰੇ ਵੀਰੋ ਲਓ ਫਿੱਡੇ ਦੀ ਰੇਡ ਪਈ ਹੈ ਫਿੱਡੇ ਦੀ ਪੈਂਦੀ ਰੇਡ ਦੇਖਾਂਗੇ ਖੇਡ ਮੈਦਾਨ ਦੇ ਵਿੱਚ ਜੱਫਾ ਲੱਗ ਗਿਆ ਹੈਪੀ ਭੰਗਲ ਜਿਹੜੀ 100 ਰੁਪਇਆ ਦੇਣਗੇ ਜੇ ਜੱਫਾ ਲੱਗ ਗਿਆ ਬੱਲੇ 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 ਬੱਲੇ
ਹੁਣ ਬੁਲਟ ਦਾ ਪਟਾਕਾ ਮਰਾਤਾ ਇਹ ਆ ਫਿੱਡੋ ਬੁਲਟ ਮੇਰੇ ਵੀਰੋ ਪੁਆਇੰਟ ਜਿਹੜਾ ਆਪਣੀ ਟੀਮ ਦੇ ਉੱਤੇ ਜੋੜ ਗਿਆ ਲਓ ਜ਼ਹਿਰ ਜ਼ਹਿਰ ਫਿਰ ਆ ਗਈ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਉਧਰ ਸਾਡੇ ਸਤਨਾਮ ਸਿੰਘ ਜੀ ਯੂਕੇ ਗੜ ਬਣਾਉਣੇ ਵਾਲੇ ਕਹਿੰਦੇ ਇੰਗਲੈਂਡ ਤੋਂ ਲਾਈਵ ਜੁੜੇ ਉਹਨਾਂ ਦਾ ਵੀ ਧੰਨਵਾਦ ਕਰਦੇ ਵਿਸ਼ੇਸ਼ ਤੌਰ ਤੇ ਨਾਲ ਕਹਿੰਦੇ ਬਲਵੀਰ ਸਿੰਘ ਜੀ ਫਾਂ ਦੀ ਪ੍ਰਧਾਨ ਜਿਹੜੇ ਲਾਈਵ ਜੁੜੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਲਓ ਸਾਹਮਣੇ ਕਬੱਡੀ ਤੇ ਜ਼ਹਿਰ ਨੇ ਥਾਪੀਆਂ ਮਾਰੀਆਂ ਉਧਰ ਕੰਗਾਂ ਵਾਲੇ ਕਹਿੰਦੇ ਵੀ ਜੋਗਾ ਕੰਗ ਜੀ ਟਰਾਂਟੋ ਤੋਂ ਲਾਈਵ ਜੁੜ ਗਏ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਨਾਲ ਸਾਡੇ ਕਹਿੰਦੇ ਵੀ ਤੀਰਥ ਅਟਵਾਲ ਜੀ ਨਿਊਜ਼ੀਲੈਂਡ ਤੋਂ ਲਾਈਵ ਜੁੜੇ ਉਹਨਾਂ ਵਿਸ਼ੇਸ਼ਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਇਹਨਾਂ ਦੇ ਬੱਚਿਆਂ ਦੇ ਮੈਚ ਵੇਖਣ ਲਈ ਬਾਹਰੋਂ ਪ੍ਰਮੋਟਰ ਮੇਰੇ ਵੀਰੋ ਕਹਿੰਦੇ ਆ ਪੰਮੇ ਨਵਾਜੀਪੁਰੀ ਇਹਦਾ ਚੰਡਿਆ ਹੋਇਆ ਖਿਡਾਰੀ ਮੇਰੇ ਵੀਰੋ ਜਿਹਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਆ ਗਿਆ ਰਾਇਲ ਕਿੰਗ ਡਵਿੰਡੀ ਵਾਲਾ ਗੱਭਰੂ ਪਰ ਆਓ ਦੇਖੋ ਗੱਭਰੂ ਦੀ ਕੀਤੀ ਹੋਈ ਟਰਾਈ ਸਾਹਮਣੇ ਰੰਗ ਦੇ ਵਿੱਚ ਕਿ ਉਧਰ ਨਾ ਤੁਰੀਏ ਜਿੱਧਰ ਝੰਡੇ ਵੱਧ ਹਿਲਦੇ ਜੀ ਪਿਸਟਲ ਤਾਂ ਮਿਲਣ ਬਾਜ਼ਾਰੋਂ ਜਿਗਰੇ ਨਾ ਮਿਲਦੇ ਵੀ ਪਿਸਟਲ ਤਾਂ ਮਿਲਣ ਬਾਜ਼ਾਰੋਂ ਜਿਗਰੇ ਨਾ ਮਿਲਦੇ ਵੀ ਪਿਸਟਲ ਤੇ ਮਿਲਣ ਬਾਜ਼ਾਰੋਂ ਜਿਗਰੇ ਨਾ ਮਿਲਦੇ ਵੀ ਮੇਰੀ ਵੀਡੀਓ ਆਸਟ੍ਰੇਲੀਆ ਤੋਂ ਭੁੰਡੀ ਵੀ ਲਾਈਵ ਹੋ ਰਿਹਾ ਹੈ ਰਾਏ ਬ੍ਰਦਰਾਂ ਨੇ ਕਹਿੰਦੇ ਵੱਡਾ ਪਿਆਰ ਕੀਤਾ ਭੁੰਡੀ ਦੇ ਨਾਲ ਤੇ ਸਾਲ ਦਾ ਵੀਜ਼ਾ ਭੁੰਡੀ ਦਾ ਲੱਗਾ ਤੇ ਭੁੰਡੀ ਦੇ ਵਿੱਚ ਐਨ ਕਹਿੰਦੇ ਵੀ ਜਾਨ ਹੈ ਮੇਰੀ ਵੀਡੀਓ ਆਸਟ੍ਰੇਲੀਆ ਦੀ ਧਰਤੀ ਤੇ ਲਾਈਵ ਹੋ ਰਿਹਾ ਹੈ ਮਨ ਭੜਕਾਂ ਵਾਲਾ ਕਬੱਡੀ ਦਾ ਮਹਾਨ ਜਾਫੀ ਲਓ ਉੱਤਲੇ ਪਾਸੇ ਫਿਰ ਦੇਖਾਂਗੇ ਵੀ ਸੋਹ ਰੁੜਕੀ ਬਾਅਦ ਪਹਿਲਾਂ ਮੁੰਡੇ ਨੇ ਪੁੱਠੀ ਪਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਬੱਲੇ 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 ਦੇਖੋ ਲੱਗਦਾ ਹੋਇਆ ਜੱਫਾ ਕਮਾਲ ਦਾ ਜੱਫਾ ਮੇਰੇ ਵੀਰੋ ਇਹਨਾਂ ਦੇ ਵਿੱਚੋਂ ਕਬੱਡੀ ਦੇ ਵੱਡੇ ਸਟਾਰ ਬਣਨੇ ਮੇਰੇ ਵੀਰੋ ਸੋਹਣ ਰੁੜਕੀ ਵਰਗੇ ਕਹਿੰਦੇ ਗੋਗੋ ਰੁੜਕੀ ਵਰਗੇ ਐਨ ਚੋਟੀ ਦੇ ਸਟਾਰ ਬਣਨੇ ਇਹਨਾਂ ਖਿਡਾਰੀਆਂ ਦੇ ਵਿੱਚੋਂ ਕੋਈ ਜੱਸੇ ਵਰਗਾ ਬਣਨਾ ਕੋਈ ਮੇਰੇ ਵੀਰੋ ਚੂੜ ਚੱਕਦੇ ਪੱਪੂ ਵਰਗਾ ਕੋਈ ਬਾਜੇ ਖਾਨੇ ਦੇ ਹਰਜੀਤ ਵਰਗਾ ਮੇਰੇ ਵੀਰੋ ਇਹਨਾਂ ਦੇ ਵਿੱਚੋਂ ਵੱਡੇ ਸਟਾਰ ਬਣਨੇ ਹੈ ਲਓ ਸਾਹਮਣੇ ਪਾਈ ਹੋਈ ਰੇਡ ਗੱਭਰੂ ਦੀ ਖੇਡ ਮੈਦਾਨ ਦੇ ਵਿੱਚ ਕਿ ਆਰੀ 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 ਉਹ ਕਿਹੜੀ ਖੇਡ ਮਿੱਤਰੋ ਜੋ ਖੇਡਾਂ ਚ ਖੇਡਣੇ ਆਰੀ ਲਓ ਸ਼ੁਰਲੀ ਸ਼ੁਰਲੀ ਦੀ ਪਾਈ ਹੋਈ ਰੇਡ ਤੇ ਪੁਆਇੰਟ ਜਿਹੜਾ ਸ਼ੁਰਲੀ ਆ ਜਾ ਬਸ ਕਰ ਜੇ ਭੱਜ ਕੇ ਆ ਗਿਆ ਧੌਣ ਤੇ ਹੱਥ ਰੱਖ ਕੇ ਧੌਲ ਮਾਰੂ ਹਾਂਜੀ ਫਾਈਨਲ ਦੀਆਂ ਟੀਮਾਂ ਜਿਹੜੀਆਂ ਪਲੀਜ਼ ਜਲਦੀ ਗਰਾਊਂਡ ਦੇ ਵਿੱਚ ਆ ਕਰੀਮਦਾਸ ਕਬੱਡੀ ਕਲੱਬ ਲੋਟਾ ਹੋਸਟ ਰਾਜਾ ਸਾਹਿਬ ਸਪੋਰਟਸ ਕਬੱਡੀ ਕਲੱਬ ਗੋਣਾਚੌਰ ਇਹ ਟੀਮਾਂ ਨੂੰ ਬੇਨਤੀ ਹੈ ਜਲਦੀ ਦੇ ਨਾਲ ਜਿਹੜੀਆਂ ਦੋਨੋਂ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਜਾਣ ਅੱਜ ਦਾ ਫਾਈਨਲ ਖੇਡਣ ਦੇ ਵਾਸਤੇ ਦੋਨੋਂ ਟੀਮਾਂ ਰਾਜਾ ਸਾਹਿਬ ਰਸੋਖਾਨਾ ਪ੍ਰਬੰਧਕੀ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਹੈ ਔਰ ਲਗਾਤਾਰ 25 ਤਰੀਕ ਤੋਂ ਲੈ ਕੇ ਹੁਣ ਤੱਕ ਕਹਿੰਦੇ ਵੀ ਇਹ ਪੂਰੀ ਡਿਊਟੀ ਨਿਭਾਉਂਦੇ ਆ ਰਹੇ ਆ ਤੇ ਕੱਲ੍ਹ ਵੀ ਵੱਡਾ ਛਿੰਨ ਮੇਲਾ ਹੋਵੇਗਾ ਔਰ ਕਹਿੰਦੇ ਭਲਵਾਨੀ ਦੇ ਤਾਰਾਂ ਦੇ ਦਰਮਿਆਨ ਜਿੱਤ ਹੋਣਗੇ ਇਸੇ ਹੀ ਮੈਦਾਨ ਦੇ ਵਿੱਚ ਆਪ ਸਭ ਨੂੰ ਸੱਦੇ ਪੱਤਰ ਹੈ ਸਾਰੇ ਨੌਜਵਾਨ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਲਓ ਫਿੱਡੋ 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 ਪੱਟ ਥਾਪੀਆਂ ਮਾਰ ਮਾਰ ਕੇ ਐਨ ਲਾਲ ਕਰ ਲਿਆ ਹੋਣਾ ਘਰ ਜਾ ਕੇ ਮਾਤਾ ਨੂੰ ਕਹੇਗਾ ਮੰਮੀ ਫਿਰ ਟਕੋਰ ਕਰ ਦੇ ਜਾਂ ਭੈਣ ਜੀ ਤੋਂ ਕੱਲ ਨੂੰ ਛੁੱਟੀ ਲੈ ਦੇ ਸਾਡੇ ਵੀਰ ਕਹਿੰਦੇ ਗੈਲ ਸਟੋਰ ਕਰਿਆਣੇ ਵਾਲੇ ਜਿਹੜੇ ਜਾਫੀ ਨੇ ਜਫਾ ਲਾ ਲਾਉਣ ਦੀ ਟਰਾਈ ਕੀਤੀ 500 ਰੁਪਈਆ ਇਹਦੇ ਲਈ ਆ ਮੇਰੇ ਵੀਰੋ ਲਓ ਸਾਹਮਣੇ ਤਕੜਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਲਓ 500 ਰੁਪਇਆ ਸਾਡੇ ਵੀਰ ਗਿੱਲ ਹੋਰਾਂ ਵੱਲੀਓ ਉਹਦੇ ਵੱਲੀਓ ਮੇਰੇ ਵੀਰੋ ਫਾਈਨਲ ਮੈਚ ਦੀਆਂ ਟੀਮਾਂ ਜਲਦੀ ਦੇ ਨਾਲ ਆ ਜਾਣਾ ਅੱਜ ਦਾ ਸੁਪਰ ਫਾਈਨਲ ਖੇਡਿਆ ਜਾਵੇਗਾ